ਫਾਜ਼ਿਲਕਾ ਦੇ ਦੁੱਖ ਨਿਵਾਰਨ ਸ਼੍ਰੀ ਬਾਲਾਈ ਧਾਮ ਦੇ ਵਿੱਚ 3 ਜਨਵਰੀ ਨੂੰ ਭਾਰਤ ਵਿਕਾਸ ਪਰਿਸ਼ਦ ਵੱਲੋਂ ਲਗਾਇਆ ਜਾਏਗਾ ਰਕਤਦਾਨ ਸ਼ਿਵਰ। ਤਿਆਰੀਆਂ ਕੀਤੀਆਂ ਪੂਰੀਆਂ। ਫਾਜ਼ਿਲਕਾ ਦੇ ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਦੇ ਵਿੱਚ ਭਾਰਤ ਵਿਕਾਸ ਪਰਿਸ਼ਦ ਵੱਲੋਂ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਰਕਤਦਾਨ ਸ਼ਿਵਰ ਦਾ ਆਯੋਜਨ ਕੀਤਾ ਜਾਵੇਗਾ, ਜਿਸ ਦੇ ਵਿੱਚ 150 ਰਕਤਦਾਨੀਆਂ ਦੇ ਰਕਤਦਾਨ ਕਰਨ ਦਾ ਲਕਸ਼ ਰੱਖਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਭਾਰਤ ਵਿਕਾਸ ਪਰਿਸ਼ਦ ਦੇ ਜਨਰਲ ਸੈਕਟਰੀ ਨੇ ਦੱਸਿਆ ਕਿ ਰਕਤਦਾਨ ਸ਼ਿਵਰ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਉਹਨਾਂ ਨੇ ਰਕਤਦਾਨੀਆਂ ਨੂੰ ਇਸ ਕੈਂਪ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਸਰ, ਮੈਂ ਸੌਰਵ ਪੇੜੀਵਾਲ, ਸੈਕਟਰੀ ਭਾਰਤ ਵਿਕਾਸ ਪਰਿਸ਼ਦ ਫਾਜ਼ਿਲਕਾ। ਆਪਕੋ ਇਹ ਜਾਣਕਾਰੀ ਦੇਤੇ ਹੋਏ ਬਹੁਤ ਹਰਸ਼ ਮਹਿਸੂਸ ਕਰ ਰਹਾ ਹੂੰ ਕਿ ਭਾਰਤ ਵਿਕਾਸ ਪਰਿਸ਼ਦ ਦੁਆਰਾ ਸ਼੍ਰੀ ਰਾਮ ਸਭਾ ਰਕਤ ਸੁਸਾਇਟੀ के माध्यम से बालाजी धाम में रक्तदान शिविर का आयोजन रविवार 3 जनवरी 2021 को किया जा रहा है। हर साल की तरह इस साल भी कोरोना काल होते हुए भी ब्लड डोनेशन कैंप का आयोजन किया जा रहा है। सबसे अपील है कि बढ़ चढ़कर इसमें हिस्सा लें। रक्तदान एक बहुत बड़ा महादान है। हमारा लक्ष्य 150 यूनिट ब्लड डोनेशन का है, जिसमें उम्मीद है कि इस लक्ष्य पे हम खरे उतरेंगे। इसलिए मेरी सबसे अपील कि 3 जनवरी 2021 श्री बालाजी धाम रक्तदान शिविर के लिए जरूर जरूर पहुँचें।